ਨਾਮ ਕੀ ਹੈ ਜੀ? ਇਸ ਦਾ ਨਾਮ ਹੈ ਜੀ ਜਿੰਦਬਾਸ। ਅੱਛਾ ਜੀ। ਇਹ ਸੋਨੂੰ ਪੜੈਣ ਜੀ ਵਾਲੇ ਘੋੜੇ ਦਾ ਬੱਚਾ ਹੈ ਜੀ। ਓਕੇ। ਹਾਂਜੀ। ਤੇ ਇਹ ਕਿੰਨਾ ਮਤਲਬ ਕਿੰਨੀ ਏਜ ਹੈ ਜੀ ਇਹਦੀ? ਇਸ ਦੀ ਏਜ ਹੋ ਗਈ ਜੀ ਤਕਰੀਬਨ 6-7 ਸਾਲ ਦੇ ਕਰੀਬ ਜੀ। ਅੱਛਾ ਜੀ। ਤੇ ਤੁਹਾਡੇ ਕੋਲੇ ਸੀਗਾ ਸਟਾਰਟਿੰਗ ਤੋਂ? ਨਹੀਂ ਜੀ, ਆਪਣੇ ਪਰਚੇਸ ਕੀਤਾ ਸੀ ਜੀ। ਓਕੇ। ਕਿੰਨਾ ਟਾਈਮ ਹੋ ਗਿਆ ਜੀ ਪਰਚੇਸ ਕੀਤੇ ਨੂੰ? ਲਗਭਗ ਇਸ ਨੂੰ ਹੁਣ ਸਾਲ ਹੋ ਗਿਆ ਜੀ। ਓਕੇ ਓਕੇ, ਠੀਕ ਹੈ। ਤੇ ਮਤਲਬ ਤੁਹਾਡਾ ਫੇਵਰੇਟ ਇਹੀ ਹੈ? ਹਾਂ ਜੀ, ਮੇਰਾ ਫੇਵਰੇਟ ਇਹੀ ਹੈ ਜੀ। ਠੀਕ ਹੈ। ਤੇ ਤੁਸੀਂ ਰਾਈਡ ਕਰਦੇ ਹੋ ਪੂਰੀ ਇਹਦੇ ਤੇ? ਮੈਂ ਇਹਦੇ ਤੇ ਰਾਈਡ ਕਰਦਾ, ਬੇਸਿਕਲੀ ਮੈਂ ਇਹ ਰਾਈਡ ਪਰਪਸ ਦੇ ਲਈ ਉਹ ਰੱਖਿਆ ਹੋਇਆ ਜੀ ਇਹ ਘੋੜਾ। ਅੱਛਾ ਜੀ। ਤੇ ਹੋਰ ਦੱਸੋ ਵੀਰ, ਤੁਹਾਡੇ ਮਤਲਬ ਟੋਟਲ ਮਤਲਬ ਜਿੰਨੇ ਵੀ ਘੋੜੇ ਨੇ ਉਹਨਾਂ ਦੇ ਸਭ ਤੋਂ ਘੈਂਟ ਇਹੀ ਹੈ ਤੁਹਾਨੂੰ ਲੱਗਦਾ ਹੈ? ਮੈਨੂੰ ਸਭ ਤੋਂ ਵਧੀਆ ਇਹੀ ਲੱਗਦਾ ਜੀ ਘੋੜਾ। ਬੇਸਿਕਲੀ ਸਾਡੇ ਕੋਲ ਤਾਂ ਹੋਰ ਵੀ ਇੱਕ ਹੋਰ ਘੋੜੀ ਹੈ ਜੀ। ਅੱਛਾ ਜੀ। ਬਾਰਬੀ ਨਾਂ ਕਰਕੇ। ਓਕੇ। ਤੇ ਉਹਨਾਂ ਵੀ ਕਾਫੀ ਸ਼ੋਅ ਜਿੱਤੇ ਹੋਏ ਨੇ ਜੀ। ਠੀਕ ਹੈ ਜੀ। ਤੇ ਹੋਰ ਦੱਸੋ ਇਸ ਘੋੜੇ ਦੀ ਕੀ ਖਾਸੀਅਤ ਵੀਰ? ਤੁਹਾਨੂੰ ਘੋੜੇ ਦੀ ਖਾਸੀਅਤ ਹੈ ਜੀ ਇਹ ਲੌਂਗ ਰਾਈਡ ਦੇ ਲਈ ਸਭ ਤੋਂ ਪਰਫੈਕਟ ਘੋੜਾ ਹੈ ਜੀ ਇਹ। ਅੱਛਾ। ਹੁਣ ਇਸ ਦੇ ਲਈ ਇਸ ਦੇ ਨਾਲ ਜੀ ਮੈਂ ਦਿੱਲੀ ਦੀ ਰਾਈਡ ਕਰਕੇ ਆਇਆ ਜੀ। ਓਕੇ। ਜੋ ਆਪਣੇ ਕਿਸਾਨੀ ਅੰਦੋਲਨ ਚੱਲ ਰਿਹਾ। ਹਾਂਜੀ ਹਾਂਜੀ। ਹਿੱਸਾ ਪਾ ਕੇ ਆਇਆ ਜੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਕੋਈ ਰਸਤੇ 'ਚ ਕੋਈ ਤੰਗੀ ਤਾਂ ਨਹੀਂ ਆਈ ਵੀਰ ਤੁਹਾਨੂੰ? ਤੰਗੀ ਜੀ ਹੁਣ ਜੇ ਹੁਣ ਨਾਮ ਬਣਾਉਣਾ ਫਿਰ ਤੰਗੀ ਤਾਂ ਜੀ ਹੁਣ ਸਹਿਣੀ ਹੋ ਪੈਣੀ ਹੈ ਸਭ ਕੁਝ। ਨਹੀਂ ਇਹ ਤਾਂ ਹੈ ਹੀ ਹੈ। ਫਿਰ ਤੁਸੀਂ ਇਹ ਰੇਸਿੰਗ ਵਾਸਤੇ ਵੀ ਰੱਖਿਆ ਹੋਈ? ਨਹੀਂ ਨਹੀਂ, ਰੇਸਿੰਗ ਵਾਸਤੇ ਨਹੀਂ ਹੈ ਜੀ, ਬੇਸਿਕਲੀ ਇਹ ਲੌਂਗ ਰਾਈਡ ਵਾਸਤੇ ਹੈ ਜੀ। ਓਕੇ, ਠੀਕ ਹੈ। ਤੁਹਾਨੂੰ ਫਿਰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ? ਹਾਂ ਜੀ, ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਜੀ। ਅੱਛਾ ਜੀ। ਹਾਰਸ ਰਾਈਡਿੰਗ ਦਾ? ਠੀਕ ਹੈ। ਹਾਰਸ ਰਾਈਡਿੰਗ ਦੇ ਲਈ ਉਹ ਮੈਂ ਇਹ ਪਰਚੇਸ ਕੀਤਾ ਜੀ। ਅੱਛਾ, ਠੀਕ ਹੈ। ਕਿੰਨੇ ਕੁ ਉਮਰ 'ਚ ਸ਼ੁਰੂ ਕਰਤੇ ਸੀ ਬਾਈ ਤੁਸੀਂ? ਮੈਂ ਸਟਾਰਟਿੰਗ ਕਰਤੀ ਸੀ ਲਗਭਗ 9 ਸਾਲ ਤੋਂ, ਮੈਂ ਪ੍ਰੋਪਰ ਰਾਈਡਿੰਗ ਸਿੱਖ ਗਿਆ ਸੀ। ਅੱਛਾ ਜੀ। ਉਸ ਤੋਂ ਪਹਿਲਾਂ ਵੀ ਥੋੜਾ ਬਹੁਤ ਰਾਈਡ ਕੀਤੀ ਕਰੀ ਜਾਂਦਾ ਸੀ ਮੈਂ। ਠੀਕ ਹੈ ਠੀਕ ਹੈ। ਤੇ ਪਹਿਲਾਂ ਫਾਦਰ ਸਾਹਿਬ ਨੇ ਕੀਤੀ, ਫਿਰ ਮਤਲਬ ਤੁਹਾਨੂੰ ਸ਼ੌਂਕ ਆਇਆ ਪੂਰਾ ਹੈ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਫਿਰ ਮੈਨੂੰ ਸ਼ੌਂਕ ਹੋ ਗਿਆ ਜੀ। ਚਲੋ ਬਹੁਤ ਵਧੀਆ। ਮੈਂ ਹੁਣ ਜਨਰੇਸ਼ਨ ਦੇ ਲਈ ਜਾਰੀ ਰੱਖਾਂਗੇ ਜੀ ਇਸ ਸ਼ੌਂਕ ਨੂੰ। ਠੀਕ ਹੈ ਠੀਕ ਹੈ। ਤੇ ਬਾਈ ਹੋਰ ਵੀ ਮੈਨੂੰ ਘੋੜੇ ਦਿਖਾਏ ਹੋਏ ਆਪਣੇ? ਹਾਂਜੀ ਹਾਂਜੀ ਜ਼ਰੂਰ ਜੀ, ਤੁਹਾਨੂੰ ਘੋੜਿਆਂ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਜੀ। ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਬਾਈ, ਮਤਲਬ ਆਪਾਂ ਮੇਲ ਜ਼ਿਆਦਾ ਰੱਖੇ ਹੋਏ ਨੇ ਜਾਂ ਫੀਮੇਲ ਰੱਖੇ ਹੋਏ ਨੇ? ਪ੍ਰੈਫਰੈਂਸ ਜ਼ਿਆਦਾ ਜੀ ਸਾਡੀ ਫੀਮੇਲ ਵਾਲੇ ਆ। ਅੱਛਾ ਜੀ। ਸਾਨੂੰ ਫੀਮੇਲ ਦਾ ਜ਼ਿਆਦਾ ਸ਼ੌਂਕ ਹੈ। ਠੀਕ ਹੈ। ਇਹਦਾ ਕਲਾ ਰਾਈਡਿੰਗ ਪਰਪਸ ਦੇ ਲਈ ਰੱਖਿਆ ਹੋਇਆ ਕਿਉਂਕਿ ਰਾਈਡਿੰਗ ਦੇ ਲਈ ਮੇਰੇ ਅਕੋਰਡਿੰਗ ਮੇਲ ਤੇ ਇਲਾਵਾ ਹੋਰ ਕੋਈ ਨਹੀਂ ਚੰਗਾ ਜੀ। ਓਕੇ, ਠੀਕ ਹੈ। ਐਵੇਂ ਕਿਉਂ ਤੁਸੀਂ ਸੋਚਦੇ ਹੋ ਜੀ? ਮਤਲਬ ਜੀ ਥੋੜ੍ਹਾ ਜਿਹਾ ਜੋ ਮੇਲ ਹੈ ਆਪਣਾ, ਠੀਕ ਹੈ, ਉਹਦੇ ਵਿੱਚ ਥੋੜ੍ਹੀ ਜਿਹੀ ਸਟੈਮਿਨਾ ਵੀ ਵੱਧ ਹੁੰਦਾ ਹੈ। ਓਕੇ। ਅਤੇ ਹੋਰ ਵੀ ਆਪਣਾ ਕਾਫੀ ਕਾਰਨ ਹੁੰਦੇ ਨੇ ਕਿਉਂਕਿ ਜ਼ਿਆਦਾ ਜੋ ਜਿਸ ਨੂੰ ਆਪਾਂ ਰਾਈਡਿੰਗ ਦਾ ਸਵਾਦ ਕਹਿ ਦਿੰਦੇ ਹਾਂ ਉਹ ਜ਼ਿਆਦਾਤਰ ਘੋੜਿਆਂ 'ਤੇ ਚੜ ਕੇ ਆਉਂਦਾ ਜੀ। ਠੀਕ ਹੈ ਜੀ। ਅਤੇ ਆਪਣੇ ਸਟੱਡ ਫਾਰਮ 'ਚ ਕਿੰਨੇ ਮੇਲ ਨੇ ਇਸ ਟਾਈਮ? ਇਸ ਟਾਈਮ ਤਾਂ ਇਕੱਲਾ ਮੇਲ ਹੈ ਜੀ ਇਹ। ਅੱਛਾ, ਸਿੰਗਲ ਮੇਲ ਹੈ ਇਹ? ਸਿੰਗਲ ਮੇਲ ਹੈ, ਬਾਕੀ ਸਾਰੀਆਂ ਮੇਰੇ ਕੋਲ ਬਾਕੀ ਸਾਰੀ ਘੋੜੀਆਂ। ਇਸਦਾ ਨਾਂ ਹੈ ਜੀ ਅਭਿਰੂਪ। ਓਕੇ। ਹੋਰ ਘੋੜੇ ਦੀ ਬੱਚੀ ਹੈ ਸੁੰਦਰ ਲਾਈਨ ਤੋਂ। ਅੱਛਾ। ਹਾਂਜੀ। ਅਤੇ ਇਸ ਟਾਈਮ ਇਸਨੂੰ ਆਪਾਂ ਨੇ ਵਿਨਰ ਵਿੰਟਰਸ ਦੇ ਵਿੱਚ ਇਹਨੂੰ ਸ਼ੋਅ 'ਚ ਪਾਇਆ ਸੀ। ਅੱਛਾ। ਅਤੇ 2 ਸ਼ੋਅ ਇਹਨੇ ਵਿਨ ਕਰੇ ਹੋਏ ਨੇ ਜੀ। ਠੀਕ ਹੈ। ਅਤੇ ਹੌਲੇ ਹੋਰ ਥੋੜ੍ਹੇ ਅੱਗੇ ਜਾ ਕੇ ਹੋਰ ਕੰਪਟੀਸ਼ਨ 'ਚ ਇਹ ਵਿਨ ਕਰੂਗੀ। ਓਕੇ, ਹਾਂਜੀ, ਠੀਕ ਹੈ। ਅਤੇ ਬਾਈ ਆਪਣਾ ਮੇਨ ਮਤਲਬ ਸ਼ੋਆਂ 'ਚ ਜਦੋਂ ਪਾਉਂਦੇ ਹਾਂ ਆਪਾਂ ਸਿਰਫ ਬਿਊਟੀ ਵਾਲੇ ਪੱਖੋਂ ਹੀ ਪਾਉਂਦੇ ਹਾਂ? ਹਾਂਜੀ, ਬਿਊਟੀ ਵਾਲੇ ਪੱਖੋਂ। ਅਤੇ ਜੋ ਕੱਟ ਕੰਡੀਸ਼ਨਸ ਹੁੰਦੀਆਂ ਨੇ, ਹਾਂਜੀ ਹਾਂਜੀ, ਉਹਨਾਂ ਦੇ ਅਕੋਰਡਿੰਗ ਆਪਾਂ ਪਾਉਂਦੇ ਹਾਂ ਜੀ। ਅਤੇ ਕਿੰਨੇ ਕੁ ਸਾਲ ਹੋ ਗਏ ਆਪਾਂ ਨੂੰ ਇਸ ਲਾਈਨ 'ਚ ਪਏ ਨੂੰ? ਇਸ ਲਾਈਨ 'ਚੋਂ ਪਏ ਨੂੰ ਹੋ ਗਏ ਜੀ ਘੱਟੋ ਘੱਟ 15-16 ਸਾਲ ਜੀ। ਓਕੇ। ਅਤੇ ਫਿਰ ਇਸ ਹਿਸਾਬ ਨਾਲ ਤੁਸੀਂ ਇਨਾਮ ਵੀ ਬਹੁਤ ਜਿੱਤੇ ਹੋਣੇ ਹੀ, ਹੈ ਨਾ? ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇਹੀ ਘੋੜੀ ਹੈ ਇਕੱਲੀ ਜਾਂ ਹੋਰ ਵੀ ਹੈ ਨੇ ਜਿਹਨਾਂ ਦੇ ਮਤਲਬ ਤੁਸੀਂ ਉਹ ਕਰੇ ਹੋਏ ਨੇ? ਮੇਨ ਇੱਕ ਹੋਰ ਘੋੜੀ ਹੈ ਜੀ ਆਪਣੇ ਕੋਲ। ਅੱਛਾ ਜੀ। ਵੀ ਨਾਮ ਕਰਕੇ, ਠੀਕ ਹੈ। ਹਾਂਜੀ। ਅਤੇ ਉਹਨਾਂ ਵੀ ਬਹੁਤ ਸ਼ੋਅ ਜਿੱਤੇ ਹੋਏ ਨੇ। ਠੀਕ ਹੈ ਜੀ। ਅਤੇ ਵੀਰ ਮੈਨੂੰ ਇਹ ਦੱਸੋ, ਤੁਹਾਡੇ ਤੋਂ ਇਲਾਵਾ ਹੋਰ ਘਰ 'ਚ ਕਿਹਨੂੰ ਸ਼ੌਂਕ ਹੈ ਰਾਈਡਿੰਗ ਦਾ ਜੀ? ਰਾਈਡਿੰਗ ਦਾ ਸ਼ੌਂਕ ਤਾਂ ਜੀ ਮੇਰੀ ਸਿਸਟਰ ਨੂੰ ਵੀ ਹੈ ਅਤੇ ਮੇਰੇ ਫਾਦਰ ਸਾਹਿਬ ਨੂੰ ਵੀ ਹੈ। ਅੱਛਾ। ਹਾਂਜੀ। ਅਤੇ ਤਿੰਨੇ ਅਸੀਂ ਸ਼ੌਂਕਿਆ ਤੌਰ 'ਤੇ ਅਸੀਂ ਤਿੰਨੇ ਰਾਈਡ ਕਰਦੇ ਹਾਂ। ਠੀਕ ਹੈ। ਜਦੋਂ ਵੀ ਮੌਸਮ ਸਾਫ਼ ਹੁੰਦਾ ਹੈ। ਹਾਂਜੀ। ਅਤੇ ਇੱਕ ਸਾਡੇ ਕੋਲ ਬੱਗੀ ਵੀ ਹੈ ਜੀ। ਅੱਛਾ। ਬੱਗੀ 'ਤੇ ਵੀ ਅਸੀਂ ਰਾਈਡ ਕਰਦੇ ਹਾਂ। ਠੀਕ ਹੈ ਠੀਕ ਹੈ ਠੀਕ ਹੈ। ਮਤਲਬ ਇਹ ਪੂਰਾ ਸਵਾਦ ਲਈਦਾ ਇਹ ਚੀਜ਼ ਦਾ ਕਿ ਨਹੀਂ? ਹਾਂਜੀ। ਠੀਕ ਹੈ ਠੀਕ ਹੈ। ਮਤਲਬ ਕਹਿ ਦਈਏ ਹੁਣ ਫਾਦਰ ਸਾਹਿਬ ਵੀ ਪੂਰਾ ਹਲੇ ਵੀ ਕਰਦੇ ਰਾਈਡ? ਹਾਂਜੀ ਹਾਂਜੀ, ਹਲੇ ਵੀ ਕਰਦੇ ਹਾਂ ਜੀ ਰਾਈਡ। ਠੀਕ ਹੈ। ਜ਼ਿਆਦਾਤਰ ਉਹ ਬੱਗੀ 'ਤੇ ਔਰ ਆਪਣਾ ਇੰਜੋਏ ਕਰਦੇ ਨੇ। ਅੱਛਾ ਜੀ। ਮੈਨੂੰ ਤਾਂ ਹੋਰਸ ਰਾਈਡਿੰਗ ਦਾ ਜੀ ਪੂਰਾ ਸ਼ੌਂਕ ਹੈ। ਠੀਕ ਹੈ। ਅਤੇ ਕੋਈ ਸਪੈਸੀਫਿਕ ਦਿਨ ਰੱਖਿਆ ਹੋਇਆ ਜੀ ਤੁਸੀਂ ਇਸ ਦਿਨੇ ਕੱਢਦੇ ਹੋ? ਨਹੀਂ ਜੀ, ਜਿੱਦਣ ਮੌਸਮ ਸਾਫ਼ ਹੁੰਦਾ ਜੀ ਆਪਣਾ, ਜਿਵੇਂ ਕਿ ਚੰਗਾ ਮੌਸਮ ਹੋ ਗਿਆ ਅਤੇ ਘੋੜੇ ਵੀ ਉਸਦੇ ਨਾਲ ਇੰਜੋਏ ਕਰਦੇ ਨੇ। ਠੀਕ ਹੈ ਠੀਕ ਹੈ। ਘੋੜੇ ਦੇ ਨਾਲ ਧੱਕਾਸ਼ਾਹੀ ਬਿਲਕੁਲ ਵੀ ਨਹੀਂ ਕਰਦੇ ਜੀ। ਅੱਛਾ ਜੀ। ਹਾਂਜੀ। ਅਤੇ ਵੀਰ ਮੈਂ ਇੱਕ ਗੱਲ ਹੋਰ ਪੁੱਛਣੀ ਸੀ, ਮਤਲਬ ਜਿਵੇਂ ਹੁਣ ਗਰਮੀਆਂ ਨੇ, ਹੈ ਨਾ,
ਗਰਮੀਆਂ 'ਚ ਕੀ ਖੁਰਾਕ ਦਿੰਦੇ ਹੋ ਤੁਸੀਂ ਇਹਨਾਂ ਨੂੰ? ਗਰਮੀਆਂ ਦੇ ਵਿੱਚ ਜੀ ਆਪਣੇ ਜੌਂ, ਜਵੀ, ਛੋਲੇ ਹੋ ਗਏ, ਨੋਰਮਲ ਡਾਈਟ ਹੈ। ਠੀਕ ਹੈ, ਹਾਂਜੀ। ਵੀ ਗਰਮੀਆਂ 'ਚ ਕੋਈ ਸਪੈਸ਼ਲ ਵੀ ਦੇਣਾ ਪੈਂਦਾ ਜੀ ਇਹਨਾਂ ਨੂੰ ਵੀ, ਤਾਂ ਕਿ ਘੋੜੇ ਠੰਡੇ ਰਹਿਣ ਕੋਈ ਹੈ? ਜਿਵੇਂ ਕਿ ਤੇਲ ਹੋ ਗਿਆ ਜੀ ਆਪਣਾ। ਅੱਛਾ। ਅਤੇ ਉਹਦੇ ਨਾਲ ਇੱਕ ਬੰਦ ਦੀ ਜੋ ਪ੍ਰੋਬਲਮ ਹੈ ਜੋ ਸਭ ਤੋਂ ਵੱਧ ਇਹਨਾਂ ਨੂੰ ਆਉਂਦੀ ਹੈ। ਅੱਛਾ ਜੀ। ਬਿਲਕੁਲ ਵੀ ਨਹੀਂ ਆਉਂਦੀ ਜੀ ਉਹ। ਠੀਕ ਹੈ, ਹਾਂਜੀ। ਤਾਂ ਮਤਲਬ ਇੱਕ ਗੱਲ ਹੋਰ ਸੀ, ਜਿਵੇਂ ਗਰਮੀਆਂ 'ਚ ਰਾਈਡ ਘੱਟ ਕਰਦੇ ਹੋ ਇਹਦੇ? ਹਾਂਜੀ, ਗਰਮੀਆਂ 'ਚ ਰਾਈਡ ਘੱਟ ਹੁੰਦੀ ਹੈ, ਬਿਕੋਜ਼ ਉਹਦੇ ਵਿੱਚ ਘੋੜਿਆਂ ਨੂੰ ਵੀ ਫਿਰ ਥੋੜ੍ਹੇ ਪ੍ਰੋਬਲਮ ਆਉਂਦੀ ਹੈ। ਅੱਛਾ। ਉਹ ਵੀ ਜ਼ਿਆਦਾ ਗਰਮੀ ਮੰਨ ਲੈਂਦੇ ਨੇ, ਜਿਵੇਂ ਆਪਣਾ ਬੰਦਿਆਂ ਦਾ ਉਹ ਹੈ ਜੀ। ਹਾਂਜੀ ਹਾਂਜੀ ਹਾਂਜੀ। ਅਤੇ ਉਵੇਂ ਉਹ ਘੋੜਿਆਂ ਦੇ ਵੀ ਹੈ। ਠੀਕ ਹੈ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਸਟੱਡ ਫਾਰਮ ਦਾ ਪੂਰੀ ਫੈਸਿਲਿਟੀ ਰੱਖੀ ਹੋਈ ਹੈ ਨਾ ਵੀ? ਠੀਕ ਹੈ, ਠੀਕ ਹੈ ਜੀ। ਅਤੇ ਵੀ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਵੀ, ਨੋਰਮਲੀ ਜੇ ਦੇਖਿਆ ਮੈਂ ਸਟੱਡ ਫਾਰਮ ਦੇ ਹੈ ਨਾ, ਜਿੰਨਾਂ ਦੇ ਵੀ ਹੁੰਦੇ ਨੇ, ਅਤੇ ਉਹ ਸਟੱਡ ਸਰਵਿਸ ਅਵੇਲੇਬਲ ਜ਼ਰੂਰ ਰੱਖਦੇ ਨੇ, ਹੈ ਨਾ? ਅਤੇ ਆਪਣਾ ਮੇਨ ਕਾਰਨ ਕੀ ਹੈ ਵੀ ਆਪਾਂ ਸਟੱਡ ਫਾਰਮਿੰਗ ਘੱਟ ਕਰੀ ਹੋਈ ਹੈ ਜਾਂ ਰੱਖੀ ਨਹੀਂ ਹੋਈ, ਹੈ ਨਾ? ਹਾਂਜੀ, ਬਸ ਲਾ ਲਓ ਤੁਸੀਂ ਜੇ ਰੱਖੀ ਨਹੀਂ ਹੋਈ ਇੱਕ ਟਾਈਪ ਦੀ। ਹਾਂਜੀ। ਅਤੇ ਜ਼ਿਆਦਾਤਰ ਤਾਂ ਜੀ ਮੈਂ ਆਪਣੇ ਘੋੜੇ ਉੱਤੇ ਰਾਈਡ ਹੀ ਕਰਦਾ। ਓਕੇ। ਅਤੇ ਬਿਕੋਜ਼ ਸਾਡਾ ਥੋੜ੍ਹਾ ਸਟੱਡ ਸਰਵਿਸ ਵੱਲੋਂ ਧਿਆਨ ਥੋੜ੍ਹਾ ਘੱਟ ਹੈ। ਓਕੇ। ਵੈਸੇ ਜੇ ਸਾਡੇ ਕੋਲ ਕੋਈ ਬਾਹਰੋਂ ਘੋੜੀ ਆ ਗਈ, ਚੰਗੀ ਘੋੜੀ ਆ ਗਈ, ਉਸਨੂੰ ਅਸੀਂ ਦੂਜੇ ਘੋੜੇ ਨਾਲ ਮਿਟ ਕਰਵਾ ਕੇ ਜੀ ਜੀ ਅੱਗੇ ਸੇਲ ਕਰ ਦਿੰਦੇ ਹਾਂ। ਜ਼ਿਆਦਾ ਤਾਂ ਸਾਡਾ ਸੇਲ ਪਰਚੇਸ ਦਾ ਹੀ ਕੰਮ ਹੈ ਜੀ। ਓਕੇ ਓਕੇ ਓਕੇ, ਠੀਕ ਹੈ। ਅਤੇ ਸੇਲ ਪਰਚੇਸ ਦਾ ਕਹਿ ਦਈਏ ਅਤੇ ਬਾਕੀ ਕਹਿ ਦਈਏ ਵੀ ਬਿਊਟੀ ਪੱਖੋਂ, ਹੈ ਨਾ, ਤੁਸੀਂ ਵੀ ਮਤਲਬ ਕੰਟੈਸਟ 'ਚ ਰੱਖਦੇ ਹੋ ਪੂਰੇ ਘੋੜਿਆਂ ਨੂੰ। ਠੀਕ ਹੈ, ਠੀਕ ਹੈ ਵੀਰ ਜੀ। ਹੋਰ ਦੱਸੋ ਇਸ ਘੋੜੀ ਬਾਰੇ ਜੀ ਕੁਛ। ਇਸ ਘੋੜੀ ਬਾਰੇ ਜੀ ਹੋਰ ਤਾਂ ਖਾਸੀਅਤ ਜਿਹੜੇ ਆਪਣੇ ਘੋੜਾ ਪਾਲਕ ਵੀਰ ਨੇ, ਹਾਂਜੀ, ਸਾਰਿਆਂ ਨੂੰ ਪਤਾ ਹੀ ਹੋਵੇਗਾ ਜੀ ਗੈਸ ਵਿੱਚ ਕੀ ਖਾਸੀਅਤ ਹੈ। ਠੀਕ ਹੈ ਜੀ, ਇਹ ਤਾਂ ਹੈ ਹੀ ਹੈ, ਬਾਕੀ ਸੋਹਣੀ ਬੜੀ ਲੱਗ ਰਹੀ ਹੈ ਜੀ ਇਹ ਤਾਂ। ਹਾਂਜੀ। ਅਤੇ ਵੀਰ ਇਹਦੇ ਬਾਰੇ ਵੀ ਮੈਨੂੰ ਕੁਛ ਦੱਸੋ ਜੀ। ਹਾਂਜੀ, ਇਸ ਦੀ ਏਜ ਹੋ ਚੁੱਕੀ ਹੈ ਜੀ 10 ਸਾਲ। ਓਕੇ। ਅਤੇ ਇਹ ਸਭ ਤੋਂ ਜੋ ਮਸ਼ਹੂਰ ਆਪਣੀ ਬਲੱਡ ਲਾਈਨ ਹੈ ਮਜੂਕੇ ਖਾਨਦਾਨ 'ਚੋਂ ਇਹ ਬਿਲੋਂਗ ਕਰਦੀ ਹੈ। ਠੀਕ ਹੈ। ਐਡਮ ਦੀ ਬੱਚੀ ਆ ਗਈ ਜੀ ਇਹ। ਅੱਛਾ, ਐਡਮ ਦੀ ਬੱਚੀ ਆ ਗਈ ਹੈ। ਬੱਚੀ ਆ ਗਈ ਐਡਮ ਦੀ। ਠੀਕ ਹੈ, ਠੀਕ ਹੈ। ਇਹ ਤੁਹਾਡੇ ਕੋਲ ਕਿੰਨਾ ਕੁ ਪੁਰਾਣੀ ਹੈ ਜੀ? ਇਹ 2 ਸਾਲ ਪੁਰਾਣੀ ਹੈ ਜੀ ਸਾਡੇ ਕੋਲ। ਠੀਕ ਹੈ, ਹਾਂਜੀ। ਓਕੇ, ਫਿਰ ਇਹ ਵੀ ਕੰਟੈਸਟ ਗਈ ਆ ਤਾਂ ਕਿ? ਇਹ ਨਹੀਂ ਜੀ, ਇਹ ਆਪਣਾ ਜ਼ਿਆਦਾਤਰ ਤਾਂ ਇਹ ਬਰੀਡਿੰਗ ਪਰਪਸ ਵਾਸਤੇ ਰੱਖੀ ਹੋਈ ਹੈ ਜੀ। ਓਕੇ ਓਕੇ, ਠੀਕ ਹੈ, ਠੀਕ ਹੈ। ਇਹਦਾ ਨਾਮ ਕੀ ਹੈ ਜੀ? ਨਾਮ ਤਾਂ ਮੇਨ ਗੱਲ ਪੁੱਛਣੀ ਭੁੱਲ ਗਿਆ। ਨਾਮ ਹੈ ਜੀ ਨੀਲਮ। ਅੱਛਾ, ਨੀਲਮ ਰੱਖਿਆ ਹੋਇਆ ਜੀ ਇਸਕਾ। ਠੀਕ ਹੈ, ਠੀਕ ਹੈ। ਅਤੇ ਵੀਰ ਇਹ ਕਲਰ ਨੂੰ ਕੀ ਕਹਿੰਦੇ ਨੇ ਇਹਦੇ? ਇਹ ਕਲਰ ਆ ਗਿਆ ਜੀ ਆਪਣਾ ਗ੍ਰੇ। ਗ੍ਰੇ ਆ ਗਿਆ, ਨੀਲਾ ਕਲਰ। ਅੱਛਾ, ਨੀਲਾ ਆ ਗਿਆ ਦਿੰਦੇ ਜਿਹਨੂੰ। ਠੀਕ ਹੈ, ਠੀਕ ਹੈ ਜੀ। ਅਤੇ ਇਹਦੀ ਹਾਈਟ ਕਿੰਨੀ ਹੈ ਜੀ? ਇਸ ਦੀ ਹਾਈਟ ਹੈ ਜੀ 60 ਹੈ ਜੀ। ਓਕੇ, 60 ਹੋ ਗਈ। ਠੀਕ ਹੈ। ਅਤੇ ਵੀਰ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮਤਲਬ ਸਭ ਤੋਂ ਟੋਲ ਘੋੜਾ ਜਾਂ ਘੋੜੀ ਤੁਹਾਡੇ ਫਾਰਮ 'ਚ ਕਿਹੜੇ ਆ ਜੀ? ਸਭ ਤੋਂ ਟੋਲ ਤਾਂ ਹੈ ਜੀ ਸਾਡੇ ਕੋਲ 12ਵੀਂ। ਓਕੇ। ਵੈਸੇ ਅਸੀਂ ਹਾਈਟ ਦੇ ਪਿੱਛੇ ਇੰਨਾ ਨਹੀਂ ਭੱਜਦੇ। ਠੀਕ ਹੈ, ਕਿਸੇ ਘੋੜੇ ਪਿੱਛੇ ਭੱਜਦੇ ਹਾਂ ਜੀ। ਠੀਕ ਹੈ, ਕਿਉਂਕਿ ਮੋਸਟਲੀ ਆਪਾਂ ਦੇਖੇ ਨੇ ਨਾ ਕਈ ਸਟੱਡ ਫਾਰਮਸ ਵਾਲੇ, ਉਹ ਜ਼ਿਆਦਾਤਰ ਕਈ ਲੋਕ ਹਾਈਟ ਪ੍ਰੈਫਰੈਂਸ ਜ਼ਿਆਦਾ ਕਰਦੇ ਨੇ, ਹੈ ਨਾ? ਹਾਂਜੀ। ਅਤੇ ਉਹਦਾ ਮਤਲਬ ਤੁਹਾਡਾ ਮੇਨ ਕਾਰਨ ਕੀ ਹੋਇਆ ਵੀ ਹਾਈਟ ਵੱਲ ਨੂੰ ਨਹੀਂ ਉਹ ਕਰਨ ਦਾ? ਹਾਈਟ ਤਾਂ ਜੀ ਹੁਣ ਅੱਜ ਦੇ ਟਾਈਮ 'ਚ ਹਰੇਕ ਬੱਚੇ ਨੇ ਮਾਰੇ ਜਾਣੀ ਹੈ ਜੀ ਹਾਈਟ ਵੀ। ਹਾਂਜੀ। ਅਤੇ ਜ਼ਿਆਦਾਤਰ ਜੋ ਆਪਣੇ ਘੱਟ ਹਾਈਟ ਵਾਲੇ ਜੋ ਬੱਚੇ ਜ਼ਿਆਦਾ ਚੋਂ ਸੋਹਣੇ ਦਿੰਦੇ ਨੇ ਜੀ, ਜਿਨ੍ਹਾਂ ਦੀ ਘੱਟ ਹਾਈਟ ਹੁੰਦੀ ਹੈ ਜਾਂ ਜਿਨ੍ਹਾਂ ਦਾ ਢਿੱਡ ਥੋੜ੍ਹਾ ਜਿਹਾ ਆਪਣਾ ਰਾਊਂਡ ਸ਼ੇਪ 'ਚ ਆ ਗਿਆ ਜੀ। ਜੀ ਜੀ ਜੀ। ਹਾਂਜੀ, ਅਤੇ ਉਹਨਾਂ ਨੇ ਢਿੱਡ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਬੱਚਾ ਦੇਣਾ ਜੀ। ਓਕੇ, ਹਾਂਜੀ, ਠੀਕ ਹੈ। ਮਤਲਬ ਕਹਿ ਦਈਏ ਵੀ ਜਿਹੜਾ ਹਾਈਟ ਪੱਖੋਂ ਤੁਸੀਂ ਇੰਨਾ ਉਹ ਨਹੀਂ ਕਰਦੇ ਵੈ, ਹੈ ਨਾ? ਮਤਲਬ ਬਿਊਟੀ ਵੱਲ ਨੂੰ ਉਹੀ ਕਹਿ ਦਿੰਦੇ ਵੀ ਇਨ ਦੀ ਐਂਡ ਬਿਊਟੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੋ ਜੀ, ਹੈ ਨਾ? ਚਲੋ, ਬਹੁਤ ਵਧੀਆ ਜੀ। ਅਤੇ ਹੋਰ ਦੱਸੋ ਇਸ ਬਾਰੇ ਕੁਛ ਜੀ। ਇਸ ਬਾਰੇ ਜੀ ਹੋਰ ਤਾਂ ਇਸ ਦੀ ਜੋ ਚਾਲ ਹੈ ਜੀ, ਅੱਛਾ, ਉਹ ਸਭ ਤੋਂ ਸੋਹਣੀ ਹੈ ਜੀ। ਠੀਕ ਹੈ, ਸਾਡੇ ਸਾਰੇ ਘੋੜਿਆਂ ਨਾਲੋਂ ਵੱਖਰੀ ਚਾਲ ਹੈ ਜੀ। ਅੱਛਾ, ਮਤਲਬ ਸਭ ਤੋਂ ਜ਼ਿਆਦਾ ਸੋਹਣੀ ਚਾਲ ਇਹਦੀ ਹੈ? ਹੈ, ਤੁਹਾਨੂੰ ਦਿਖਾ। ਹਾਂਜੀ, ਤੋੜ ਕੇ ਵੀ ਦਿਖਾਇਓ ਜੀ ਇਹਨੂੰ। ਤੇ ਦੋਸਤੋ, ਇਹ ਹੈਗੀ ਹੈ ਘੋੜੀ ਬਾਰਬੀ, ਤੇ ਬਾਈ ਉਹਨਾਂ ਦੇ ਸਟੱਡ ਫਾਰਮ ਦੀ ਕਹਿ ਦਈਏ ਮਤਲਬ ਟੌਪ ਦੀ ਘੋੜੀ ਹੈ। ਤੇ ਬਾਈ ਮੈਨੂੰ ਇਹਦੇ ਬਾਰੇ ਕੁਛ ਦੱਸੋ ਘੋੜੀ ਬਾਰੇ। ਹਾਂਜੀ, ਇਸ ਦਾ ਨਾਮ ਹੈ ਜੀ ਬਾਰਬੀ। ਹਾਂਜੀ। ਤੇ ਇਹ ਪਾਰਸ ਘੋੜੇ ਦੀ ਬੱਚੀ ਹੈ, ਬਾਕਰਪੁਰ ਵਾਲੇ ਦੀ। ਅੱਛਾ, ਠੀਕ ਹੈ ਜੀ। ਤੇ ਇਹਦੀ ਵੀਰ ਮੈਨੂੰ ਹਾਈਟ ਦੱਸੋ ਕਿੰਨੀ ਹੈ? ਇਸ ਦੀ ਹਾਈਟ ਹੈ ਜੀ 64 ਇੰਚ। ਅੱਛਾ, 64 ਇੰਚ ਹੈ ਜੀ ਹਾਈਟ। 64 ਇੰਚ ਇਸ ਦੀ ਹਾਈਟ ਹੈ ਜੀ। ਠੀਕ ਹੈ। ਤੇ ਇਹਨੂੰ ਮਤਲਬ ਆਪਾਂ ਮੇਨ ਕਿਸ ਪਰਪਸ ਲਈ ਰੱਖਿਆ ਹੋਇਆ ਜੀ? ਕਿੰਨਾ ਸਮਾਂ ਹੋ ਗਿਆ ਆਪਣੇ ਕੋਲ ਆਈ ਨੂੰ? ਲਗਭਗ 3-3.5 ਸਾਲ ਦੇ ਕਰੀਬ। ਅੱਛਾ, ਠੀਕ ਹੈ। ਵੈਸੇ ਬਹੁਤ ਸੋਹਣੀ ਆਈ ਇਹ ਕਿ ਨਹੀਂ?
ਠੀਕ ਹੈ ਤੇ ਮੈਨੂੰ ਇਹਦੀ ਖੁਰਾਕ ਬਾਣੀ ਦੱਸੋ ਵੀ ਖੁਰਾਕ ਕੀ ਦਿੰਦੇ ਹੋ ਜੀ ਤੁਸੀਂ ਇਹਨੂੰ ਖੁਰਾਕ ਇਸ ਨੂੰ ਜੀ ਦਿਨ ਚ ਨੂੰ 3 ਟਾਈਮ ਖੁਰਾਕ ਪੈਂਦੀ ਹੈ ਜੀ ਅੱਛਾ ਠੀਕ ਹੈ ਜੀ ਹਾਂ ਤੇ ਬਾਕੀ ਦਾ ਹੋਰ ਜਿਸ ਤਰ੍ਹਾਂ ਹੁਣ ਗਰਮੀ ਆ ਰਹੀ ਹੈ ਜੀ ਬਹੁਤ ਜ਼ਿਆਦਾ ਤੇ ਪਾਣੀ ਦੇ ਵਿੱਚ ਇਸ ਨੂੰ ਜੋ ਸ਼ੱਕਰ ਹੋ ਗਈ ਹਾਂ ਬੇਸਣ ਹਾਂ ਤੇ ਜੋ ਖਾਰ ਠੀਕ ਹੈ ਤੇ ਕਲਮੀ ਸ਼ੋਰਾ ਇਹ ਸਭ ਕੁਝ ਮਿਲਾ ਕੇ ਆਪਾਂ ਸਾਰੇ ਘੋੜਿਆਂ ਨੂੰ ਦਿੰਦੇ ਹਾਂ ਓਕੇ ਕਿ ਉਸ ਨੂੰ ਕੋਈ ਗਰਮੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਉਸ ਨੂੰ ਮਹਿਸੂਸ ਨਾ ਹੋਵੇ ਠੀਕ ਹੈ ਠੀਕ ਹੈ ਇਹ ਮਤਲਬ ਕਹਿ ਦਈਏ ਗਰਮੀਆਂ ਦੀ ਵੀ ਅੱਛਾ ਸ਼ਰਬਤ ਦੀ ਤਰ੍ਹਾਂ ਦਿੰਦੇ ਹੋ ਸ਼ਰਬਤ ਹੋ ਗਿਆ ਜੀ ਅੱਛਾ ਠੀਕ ਹੈ ਇਹ ਹਰ ਕੋਈ ਦਿੰਦਾ ਹੈ ਮਤਲਬ ਇਹ ਆਪਾਂ ਤੁਸੀਂ ਤਿਆਰ ਕੀਤੀ ਹੋਈ ਹੈ ਆਪਣੇ ਕੋਈ ਉਹ ਦਿੰਦਾ ਹੈ ਜੀ ਇਸ ਨੂੰ ਅੱਛਾ ਬਿਕੋਜ਼ ਹਰੇਕ ਬੰਦੇ ਨੂੰ ਇਸ ਦਾ ਪਤਾ ਹੈ ਜੀ ਠੀਕ ਹੈ ਠੀਕ ਹੈ ਤੇ ਇਹਨੂੰ ਮੈਨੂੰ ਇੱਕ ਗੱਲ ਦੱਸੋ ਵੀਰ ਤੁਸੀਂ ਇਹਨੂੰ ਕਦੇ ਰਾਈਡ ਨਹੀਂ ਕੀਤਾ ਹਾਲ ਤੱਕ ਨਹੀਂ ਜੀ ਹਜੇ ਤੱਕ ਇਸ ਨੂੰ ਬਿਲਕੁਲ ਵੀ ਰਾਈਡ ਨਹੀਂ ਕੀਤਾ ਜੀ ਠੀਕ ਹੈ ਹਜੇ ਇਹ ਬੱਚੀ ਹੈ ਅੱਛਾ ਤੇ ਹੁਣ ਅਗਲੇ ਅਗਲੇ ਵਿੰਟਰ ਚ ਇਸ ਦੀ ਰਾਈਡਿੰਗ ਜੋ ਸਟਾਰਟ ਕਰ ਦੇਂਗੇ ਜੀ ਅੱਛਾ ਜੀ ਤੇ ਇਹਦਾ ਸੁਭਾਅ ਕਿਵੇਂ ਦਾ ਹੈ ਵੈਸੇ ਇਸ ਦਾ ਸੁਭਾਅ ਬਿਲਕੁਲ ਸ਼ਾਂਤ ਹੈ ਜੀ ਦੇਖੋ ਜੀ ਹਾਂ ਵੈਸੇ ਮੈਂ ਇੱਕ ਹਿਸਾਬ ਲਾਈ ਤੁਹਾਡੇ ਕੋਲ ਜਿੰਨੀ ਵੀ ਘੋੜੀਆਂ ਨੇ ਹਨਾ ਹਾਲ ਤੱਕ ਮੈਂ ਜਿੰਨੀ ਵੀ ਦੇਖੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਅੜਬਜੀ ਹੋਵੇ ਹਨਾ ਜਾਂ ਇਹ ਹੋਵੇ ਬਾਕੀ ਕਹਿ ਦਈਏ ਵੀ ਤੁਸੀਂ ਜਿਵੇਂ ਬੰਦਾ ਰੱਖਦਾ ਹੈ ਉਸ ਹਿਸਾਬ ਨਾਲ ਵੀ ਹੁੰਦਾ ਹੈ ਹਨਾ ਵੀ ਮੈਨੂੰ ਇਹ ਲੱਗਦਾ ਵੀ ਤੁਸੀਂ ਵਧੀਆ ਤਰੀਕੇ ਨਾਲ ਰੱਖਦੇ ਵੀ ਹੋ ਹਨਾ ਉਹਦੇ ਹਿਸਾਬ ਨਾਲ ਸਹੀ ਹੈ ਇਹ ਬਿਲਕੁਲ ਠੀਕ ਹੈ ਹੋਰ ਤੁਸੀਂ ਦੱਸੋ ਜੀ ਇਹਦੇ ਬਾਰੇ ਜੀ ਮੈਨੂੰ ਹੋਰ ਤਾਂ ਜੀ ਖਾਸੀਅਤ ਤਾਂ ਹੁਣ ਇਸ ਦੀ ਇਹੀ ਹੈ ਅੱਛਾ ਜੀ ਸ਼ੋਅ ਦੇ ਵਿੱਚ ਇਹ ਵਿਨਰ ਰਹਿੰਦੀ ਹਰੇਕ ਸ਼ੋਅ ਦੇ ਵਿੱਚ ਠੀਕ ਹੈ ਠੀਕ ਹੈ ਉਸ ਦੀ ਕਟ ਕੰਡੀਸ਼ਨ ਹੈ ਅੱਛਾ ਰੇਜ ਹੈ ਠੀਕ ਹੈ ਸਭ ਉਸ ਦਾ ਬਿਲਕੁਲ ਪਰਫੈਕਟ ਹੈ ਓਕੇ ਓਕੇ ਤੇ ਮੂੰਹ ਦੀ ਇਸ ਦੀ ਸ਼ੇਪ ਹੈ ਤੇ ਜੋ ਇਸ ਦੀ ਬੋਡੀ ਹੈ ਉਹ ਸਾਰਾ ਕੁਝ ਫਿੱਟ ਹੈ ਠੀਕ ਹੈ ਜੀ ਤੇ ਹੁਣ ਫਿਰ ਵਿਚਾਰ ਨਹੀਂ ਹੈ ਇਹਦਾ ਰਾਈਡ ਕਰਨ ਦਾ ਵਿਚਾਰ ਹੁਣ ਇਸ ਨੂੰ ਅਗਲੇ ਆਪਣੇ ਵਿੰਟਰਸ ਦੇ ਵਿੱਚ ਰਾਈਡ ਕਰੂੰਗਾ ਜੀ ਓਕੇ ਤੇ ਹੌਲੀ ਹੌਲੀ ਇਸ ਦੇ ਉੱਤੇ ਹੁਣ ਦੁਬਾਰਾ ਉਹ ਰਾਈਡ ਸਟਾਰਟ ਕਰਾਂਗੇ ਠੀਕ ਹੈ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਵੀਰ ਜਿਵੇਂ ਹੁਣ ਸ਼ੋਅ ਹੁੰਦੇ ਨੇ ਹਨਾ ਇਹਨਾਂ ਦਾ ਕੋਈ ਟਾਈਮ ਹੁੰਦਾ ਵੀ ਇਹ ਪੱਕਾ ਟਾਈਮ ਵੀ ਵਿੰਟਰ ਚ ਹੁੰਦੇ ਨੇ ਜਾਂ ਸਮਰ ਚ ਹੁੰਦੇ ਨੇ ਕਿਵੇਂ ਇਹ ਜ਼ਿਆਦਾਤਰ ਤਾਂ ਇਹ ਵਿੰਟਰ ਚੋਂ ਹੀ ਹੁੰਦੇ ਆ ਅੱਛਾ ਉਸ ਦੇ ਵਿੱਚ ਫਿਰ ਘੋੜੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਗਰਮੀ ਦੇ ਵਿੱਚ ਤਾਂ ਫਿਰ ਘੋੜਾ ਵੀ ਪਸੀਨਾ ਹੀ ਪਸੀਨਾ ਹੋ ਜਾਂਦਾ ਠੀਕ ਹੈ ਠੀਕ ਹੈ ਉਸ ਦੇ ਵਿੱਚ ਉਹ ਸ਼ੋਅ ਵੀ ਫਿਰ ਚੰਗੇ ਤਰੀਕੇ ਨਾਲ ਨਹੀਂ ਕਰਦਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਸੀ ਵੀਰ ਆਪਾਂ ਨੂੰ ਕੋਈ ਦਿਲ ਚ ਵਿਚਾਰ ਨਹੀਂ ਆਇਆ ਵੀ ਯਾਰ ਰੇਸਿੰਗ ਘੋੜਾ ਵੀ ਰੱਖੀਏ ਆਪਾਂ ਕੋਈ ਰੇਸਿੰਗ ਘੋੜਾ ਜੀ ਹੁਣ ਸਟਾਰਟਿੰਗ ਦੇ ਵਿੱਚ ਰੱਖੇ ਸੀ ਅੱਛਾ ਤੇ ਉਸ ਦੇ ਬਾਅਦ ਵਿੱਚ ਤੇ ਫਿਰ ਉਹ ਕੰਮ ਛੱਡਤਾ ਠੀਕ ਹੈ ਸ਼ੋ ਕੁਆਲਟੀ ਦੇ ਚਿੱਤਰਾਂ ਤੋਂ ਪੈ ਗਈ ਅੱਛਾ ਤੇ ਫਿਰ ਸ਼ੋ ਕੰਟੈਸਟ ਵਿੱਚ ਫਿਰ ਆਪਾਂ ਹਿੱਸਾ ਲੈਣ ਲੱਗ ਗਏ ਜੀ ਜੀ ਠੀਕ ਹੈ ਠੀਕ ਹੈ ਜਦੋਂ ਮਤਲਬ ਆਪਣੇ ਸ਼ੋਅ ਦੀ ਤਿਆਰੀ ਹੁੰਦੀ ਹੈ ਹਨਾ ਉਸ ਟਾਈਮ ਕੀ ਸਪੈਸ਼ਲ ਫੈਸਿਲਿਟੀ ਰੱਖਦੇ ਹੋ ਤੁਸੀਂ ਘੋੜੇ ਲਈ ਸਪੈਸ਼ਲ ਫੈਸਿਲਿਟੀ ਹੁਣ ਐਦਾਂ ਹੈ ਜੀ ਕਿਉਂਕਿ ਇਸ ਨੂੰ 2 ਟਾਈਮ ਘੁਮਾਇਆ ਜਾਂਦਾ ਹੈ ਅੱਛਾ ਇਸ ਦੀ ਡਾਈਟ ਵੀ ਫਿਰ ਥੋੜੀ ਜਿਹੀ ਹੋਰ ਐਡ ਕਰ ਦਿੱਤਾ ਜਾਂਦਾ ਹੈ ਜੀ ਠੀਕ ਹੈ ਤੇ ਉਸਦੇ ਅਕੋਰਡਿੰਗ ਤੇ ਜੋ ਉਸ ਨੂੰ ਹੋਰ ਖੁਰਾਕ ਪੈਣੀ ਹੈ ਤੇ ਸੰਨੀ ਉਹ ਸਭ ਕੁਝ ਹੋਰ ਵੀ ਕਹਿ ਦਈਏ ਮਤਲਬ ਪੂਰਾ ਸੁਡੋਲ ਬਣਾ ਦਿੰਦੇ ਹਨਾ ਵੀ ਐਨ ਸਰੀਰ ਪੱਖੋਂ ਕਿਤੇ ਪੱਖੋਂ ਵੀ ਐਨ ਵੀ ਢਿੱਡ ਵੀ ਨਾ ਦਿਖੇ ਹਨਾ ਉਸ ਹਿਸਾਬ ਨਾਲ ਸਭ ਤੋਂ ਵੱਧ ਜੋ ਸ਼ੋਅ ਦੇ ਵਿੱਚ ਇਹਦਾ ਧਿਆਨ ਰੱਖਿਆ ਜਾਂਦਾ ਉਹ ਹੈ ਗਰੂਮਿੰਗ ਅੱਛਾ ਗਰੂਮਿੰਗ ਕਹਿ ਦਈਏ ਹਨਾ ਠੀਕ ਹੈ ਤੇ ਹੁਣ ਮਤਲਬ ਤੁਸੀਂ ਗਰਮੀਆਂ 'ਚ ਕਿੰਨੇ ਟਾਈਮ ਨਲਾਉਂਦੇ ਹੋ ਜੀ ਗਰਮੀਆਂ ਦੇ ਵਿੱਚ ਹੁਣ ਇਹਨਾਂ ਨੂੰ ਹਫ਼ਤੇ ਵਿੱਚ ਨੂੰ ਇੱਕ ਵਾਰੀ ਤਾਂ ਨਲਾ ਦਿੰਦੇ ਆ ਓਕੇ ਗਰਮੀਆਂ ਬਹੁਤ ਜ਼ਿਆਦਾ ਠੀਕ ਹੈ ਤੇ ਜਦੋਂ ਜ਼ਿਆਦਾ ਹੋਵੇ ਗਰਮੀ ਫਿਰ 2 ਟਾਈਮ ਵੀ ਨਲਾ ਦਿੰਦੇ ਠੀਕ ਹੈ ਜੀ ਇਹਦੀ ਅੱਖਾਂ ਬਹੁਤ ਸੋਹਣੀਆਂ ਨੇ ਮੈਨੂੰ ਅੱਖਾਂ ਬਹੁਤ ਲੱਗੀਆਂ ਹੈਗੀਆਂ ਜੀ ਹਾਂਜੀ ਤੇ ਮੈਨੂੰ ਇੱਕ ਗੱਲ ਦੱਸੋ ਵੀਰ ਜਿਵੇਂ ਹੁਣ ਮੈਂ ਕਈ ਮਤਲਬ ਵੀਡੀਓਜ਼ 'ਚ ਵੀ ਦੇਖਿਆ ਹਨਾ ਤੇ ਅੱਖਾਂ ਵੱਲ ਨੂੰ ਆ ਜਾਈਏ ਆਪਾਂ ਜੇ ਮਤਲਬ ਕਹਿ ਦਈਏ ਨਾ ਉਰੇ ਉਹ ਨਹੀਂ ਮੱਖੀਆਂ ਆ ਜਾਂਦੀਆਂ ਹਨਾ ਤੇ ਇਹਦੇ ਵਾਸਤੇ ਵੀ ਕਹਿ ਦਿੰਦੇ ਕੋਈ ਸਪੈਸ਼ਲ ਦਵਾਈ ਦੁਈ ਵੀ ਹੁੰਦੀ ਹੈ ਇਸ ਦੇ ਵਾਸਤੇ ਆਪਣਾ ਇੱਕ ਪਾਊਡਰ ਆਉਂਦਾ ਅੱਛਾ ਰਿਕੋਸਟਡ ਓਕੇ ਉਹ ਇਸ ਦੇ ਜੋ ਅੱਖ ਦੇ ਵਿੱਚ ਕੋਈ ਵੀ ਗੰਦਗੀ ਹੁੰਦੀ ਹੈ ਓਕੇ ਜਾਂ ਕੁਝ ਵੀ ਆਪਾਂ ਕਹਿ ਦੋ ਕਿ ਮਿੱਟੀ ਵਗੈਰਾ ਆ ਗਈ ਉਹ ਸਭ ਕੁਝ ਉਹ ਕੱਢ ਦਿੰਦਾ ਹੈ ਠੀਕ ਹੈ ਜਿਵੇਂ ਆਪਾਂ ਬੰਦਿਆਂ ਆਈ ਡ੍ਰੌਪ ਦੇ ਨਾਲ ਆਈਸ ਵਿੱਚ ਉਹ ਪਾ ਲੈਂਦੇ ਆ ਉਹ ਸਾਰਾ ਗੰਦਗੀ ਵਗੈਰਾ ਉਹ ਸਾਰੀ ਬਾਹਰ ਆ ਜਾਂਦੀ ਜੀ ਜੀ ਇਹ ਬੋਰਿਕ ਐਸਿਡ ਨਾਮ ਦਾ ਇੱਕ ਪਾਊਡਰ ਹੋ ਗਿਆ ਓਕੇ ਇਹ ਸਭ ਕੁਝ ਇਹ ਜਾਲਾ ਵਗੈਰਾ ਇਹ ਸਭ ਕੁਝ ਬਾਹਰ ਕੱਢ ਦਿੰਦਾ ਠੀਕ ਹੈ ਠੀਕ ਹੈ ਕਿਉਂਕਿ ਮੈਂ ਯੂਜੂਲੀ ਦੇਖਿਆ ਨਾ ਮਤਲਬ ਜੇ ਕਿਸੇ ਘੋੜੇ ਦੇ ਹੋ ਜਵੇ ਐਵੇਂ ਹਨਾ ਤਾਂ ਇਨਫੈਕਸ਼ਨ ਟਾਈਪ ਹੋ ਜਾਂਦੀ ਹੈ ਹਨਾ ਹਾਂਜੀ ਇਨਫੈਕਸ਼ਨ ਟਾਈਪ ਠੀਕ ਹੈ ਹੁਣ ਤੁਸੀਂ ਤਾਂ ਚਲੋ ਬਿਊਟੀ ਪਰਪਸ ਲਈ ਰੱਖਿਆ ਤੁਸੀਂ ਤਾਂ ਬਹੁਤ ਧਿਆਨ ਰੱਖਦੇ ਹੋ ਇਹ ਚੀਜ਼ਾਂ ਦਾ ਹਨਾ ਮੈਂ ਤੁਹਾਨੂੰ ਤਾਂ ਪੁੱਛੀ ਹੈ ਇਹ ਗੱਲ ਜੀ ਠੀਕ ਹੈ ਇੱਕ ਵਾਰ ਦੁਬਾਰਾ ਦੱਸ ਦੂੰਗੇ ਨਾਮ ਜੀ ਤਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਚੱਲ ਸਕੇ ਵੀ ਕਿਹੜਾ ਪਾਊਡਰ ਹੁੰਦਾ ਹੈ ਜੀ ਹਾਂ ਇਸ ਦਾ ਨਾਮ ਹੈ ਜੀ ਬੋਰਿਕ ਐਸਿਡ ਪਾਊਡਰ ਓਕੇ ਠੀਕ ਹੈ ਇਹ ਬਿਲਕੁਲ ਸਸਤਾ ਹੀ ਜੀ ਇਹ ਠੀਕ ਹੈ ਇਹ ਆਮ ਮਿਲ ਜਾਂਦਾ ਹੈ ਮਤਲਬ ਹਾਂ ਜੀ ਹਾਂ ਆਮ ਮਿਲ ਜਾਂਦਾ ਹੈ ਹਰੇਕ ਮੈਡੀਕਲ ਸਟੋਰ ਦੇ ਵਿੱਚ ਅਵੇਲੇਬਲ ਹੁੰਦਾ ਜੀ ਇਹ ਠੀਕ ਹੈ ਠੀਕ ਹੈ ਤੁਸੀਂ ਕਿਧਰੋਂ ਵੀ ਇਹ ਲੈ ਸਕਦੇ ਹੋ ਬੋਰਿਕ ਐਸਿਡ ਪਾਊਡਰ ਠੀਕ ਹੈ ਠੀਕ ਹੈ ਜੀ ਤੇ ਇਹਨੂੰ ਵੀ ਮੜਾ ਜਿਹਾ ਤੋੜ ਕੇ ਦਿਖਾਉਂਗੇ ਜੀ ਹਾਂ ਜੀ ਹਾਂ ਬਿਲਕੁਲ ਜੀ ਦਿਖਾਇਓ ਜੀ
सारे जानवरों धन्यवाद जी ਵੀ ਆਪਣੇ ਸਭ ਤੋਂ ਸਪੈਸ਼ਲ ਜੋ ਤੁਸੀਂ ਆਪਣੇ ਜੋ ਕਿ ਹੋਰਸ ਲਵਰਸ ਨੇ ਜੀ ਜੀ ਤੱਕ ਤੁਸੀਂ ਸਾਡੀ ਵੀਡੀਓ ਪਹੁੰਚਾਈ ਨਹੀਂ ਸਾਡਾ ਮੇਨ ਮੋਟਿਵ ਇਹ ਹੀ ਹੁੰਦਾ ਕਿ ਆਪਾਂ ਮਤਲਬ ਦਰਸ਼ਕਾਂ ਨੂੰ ਸੋਹਣੇ ਘੋੜੇ ਤੇ ਘੋੜੀਆਂ ਦਿਖਾ ਸਕੀਏ ਤੇ ਅੱਜ ਸਾਡੇ ਹੀ ਮਤਲਬ ਕਹਿ ਦਈਏ ਕੁਦਰਤੀ ਇਹ ਗੱਲ ਇਹ ਬਣ ਗਈ ਕਿ ਤੁਸੀਂ ਮਤਲਬ ਬਿਊਟੀ ਕੰਟੈਸਟ ਵਾਲੀ ਘੋੜੀਆਂ ਹੀ ਰੱਖੀਆਂ ਹੋਈਆਂ ਨੇ ਹਨਾ ਤੇ ਇਹਦੇ ਨਾਲ ਆਪਾਂ ਕੁਛ ਅਲੱਗ ਵੀ ਦਿਖਾ ਪਾਏ ਆਪਾਂ ਲੋਕਾਂ ਨੂੰ ਹਨਾ ਠੀਕ ਹੈ ਜੀ ਤੇ ਸਾਡਾ ਹੀ ਮੋਟਿਵ ਇਹ ਹੀ ਰਹਿੰਦਾ ਜੀ ਅਕਸਰ ਨੂੰ ਤਾਂ ਕਿ ਸਾਨੂੰ ਦੇਖ ਕੇ ਕਿਸੇ ਹੋਰ ਬੰਦੇ ਨੂੰ ਵੀ ਇੱਦਾਂ ਚੰਗਾ ਸ਼ੌਂਕ ਲੱਗੇ ਜੀ 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 ਉਸ ਵੱਲ ਨਾ ਜਾਵੇ ਜੀ 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 ਫਾਲਤੂ ਦੇ ਜੋ ਖੇਲੇ ਸਮਾਨ ਦੇ ਜੋ ਕੰਮ ਹੁੰਦੇ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਕਹਿ ਦਈਏ ਵੀ ਇਹ ਇਹ ਵਾਲਾ ਸ਼ੌਂਕ ਹੈ ਨਾ ਇਹ ਵੱਲਾ ਹੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਇਹ ਵੀ ਕਿਸੇ ਕਿਸੇ ਨੇ ਹੀ ਪਾਲਿਆ ਹੋਇਆ ਇਹ ਸ਼ੌਂਕ ਵੀ ਕਿ ਨਹੀਂ ਤੇ ਇਹ ਸ਼ੌਂਕ ਵੱਖਰਾ ਵੀ ਕਹਿ ਦਈਏ ਤੇ ਸੋਹਣਾ ਵੀ ਕਹਿ ਦਈਏ ਹਨਾ ਵੀ ਤਾਂ ਕਿ ਚਾਰ ਪੁਸ਼ਤਾਂ ਜਿਹੜੀਆਂ ਬੰਦੇ ਦੀਆਂ ਉਹ ਯਾਦ ਵੀ ਰੱਖਦੀਆਂ ਨੇ ਇਹ ਚੀਜ਼ ਨੂੰ ਕਿ ਨਹੀਂ ਠੀਕ ਹੈ ਜੀ ਬਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡਾ ਤੇ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਣਾ ਆਉਣ ਵਾਲੇ ਵਲੌਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਦਾ ਨਾਮ ਹੈ ਕਿਰਨ ਨੇਸ਼ਨ ਤੇ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰਿਓ ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨਦੀਪ ਰਾਏ ਵਲੌਗਸ ਓਕੇ ਪੀਸ ਆਊਟ